ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ, ਮੈਂ ਨਵਜੋਤ ਕੌਰ ਲੰਬੀ ਸੋ ਅੱਜ ਗੱਲ ਕਰਨ ਜਾ ਰਹੀ ਹਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਭਗਵੰਤ ਮਾਨ ਨਾਲ ਵਾਕਾ ਹੋਇਆ, ਉਹਨਾਂ ਦੀ ਸ਼ਰਾਬ ਵਾਲੀ ਵੀਡੀਓ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ। ਸੋ ਵੀਰੋ, ਜੇਕਰ ਕੁਝ ਸਮਾਂ ਪਿੱਛੇ ਦੀ ਗੱਲ ਕਰੀਏ ਤਾਂ ਇੱਕ ਸਿੰਗਰ ਆਇਆ ਸੀ ਯੋਯੋ ਨਛੱਤਰ ਸਿੰਘ, ਔਰ ਹੁਣ ਇੱਕ ਹੋਰ ਨਵਾਂ ਸਿੰਗਰ ਆਇਆ ਯੋਯੋ ਪੱਪਾ ਸਰਪੰਚ, ਜਿਹਨੇ ਆਸਟ੍ਰੇਲੀਆ ਵਿੱਚ ਹੋਈ ਭਗਵੰਤ ਮਾਨ ਦੀ ਕਾਨਫਰੰਸ ਦੇ ਵਿੱਚ ਹੰਗਾਮਾ ਕੀਤਾ। ਜੇਕਰ ਗੱਲ ਕਰੀਏ ਯੋਯੋ ਨਛੱਤਰ ਸਿੰਘ ਦੀ ਤਾਂ ਪਹਿਲਾਂ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਉਸਦਾ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਗਿਆ, ਫਿਰ ਉਹਨਾਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤਾ ਗਿਆ ਔਰ ਪਿਆਰ ਵੀ ਕੀਤਾ ਗਿਆ। ਪਰ ਜਿਹੜੀ ਕਰਤੂਤ ਯੋਯੋ ਪੱਪਾ ਸਰਪੰਚ ਨੇ ਕੀਤੀ ਹੈ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਉਸਦੀ ਕਾਫੀ ਜ਼ਿਆਦਾ ਰੇਲ ਬਣਾਈ ਜਾ ਰਹੀ ਆ, ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਅਕਤੀ ਯੋਯੋ ਪੱਪਾ ਸਰਪੰਚ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰੂਗਾ। ਸੋ ਮੈਂ ਯੋਯੋ ਪੱਪਾ ਸਰਪੰਚ ਤੇ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਜਿਹੜੇ ਕਹਿੰਦੇ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ। ਅੱਜ ਪੰਜਾਬ ਦਾ ਮੁੱਦਾ ਇਹ ਨਹੀਂ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ, ਅੱਜ ਪੰਜਾਬ ਦਾ ਮੁੱਦਾ ਹੈ ਕਿ ਜਿਹੜੀਆਂ 3 ਯੂਨੀਵਰਸਿਟੀਆਂ ਦੀਆਂ ਰਿਪੋਰਟਾਂ ਨੇ ਉਸ ਰਿਪੋਰਟਾਂ ਦੇ ਮੁਤਾਬਕ ਪੰਜਾਬ 'ਚ ਜਿੰਨੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਉਹਨਾਂ 'ਚੋਂ 74% ਕਿਸਾਨਾਂ ਨੇ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕਸ਼ੀਆਂ ਕੀਤੀਆਂ। ਅੱਜ ਪੰਜਾਬ ਦਾ ਮੁੱਦਾ ਇਹ ਕਿ ਅੱਜ ਪੰਜਾਬ ਦੇ ਹਰ ਪਰਿਵਾਰ ਦੇ ਸਿਰ ਤੇ ਔਸਤਨ 8 ਲੱਖ ਰੁਪਏ ਦਾ ਕਰਜ਼ਾ ਹੈ। ਅੱਜ ਪੰਜਾਬ ਦਾ ਮੁੱਦਾ ਬੇਰੁਜ਼ਗਾਰੀ, ਅੱਜ ਪੰਜਾਬ ਦਾ ਮੁੱਦਾ ਭ੍ਰਿਸ਼ਟਾਚਾਰ, ਅੱਜ ਪੰਜਾਬ ਦਾ ਮੁੱਦਾ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿੱਚ ਹੋ ਰਹੀ ਸਟੂਡੈਂਟਾਂ ਦੀ ਲੁੱਟ, ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ SYL ਦਾ ਮੁੱਦਾ, ਜਿਹੜਾ ਸਾਡੇ ਹੀ ਲੀਡਰਾਂ ਨੇ ਸਾਡੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ। ਔਰ ਅੱਜ ਜੇਕਰ ਪੰਜਾਬ ਦਾ ਮੁੱਦਾ ਇਹ ਹੈ ਕਿ ਭਗਵੰਤ ਮਾਨ ਸ਼ਰਾਬ ਪੀਂਦਾ, ਤਾਂ ਮੈਂ ਪੰਥਕ ਸਰਕਾਰਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਪੰਜਾਬ 'ਚ 25-26 ਹਜ਼ਾਰ ਠੇਕੇ ਕਿਹੜੇ ਕੰਮ ਨੂੰ ਖਿਲਵਾਏ, ਕਿਉਂ ਖਿਲਵਾਏ। ਔਰ ਮੈਂ ਯੋਯੋ ਪੱਪਾ ਸਰਪੰਚ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਪੰਜਾਬ ਦੀ ਜਵਾਨੀ ਨਸ਼ੇ 'ਚ ਡੁੱਬ ਕੇ ਤਬਾਹ ਹੋ ਰਹੀ ਸੀ, ਕਿਸਾਨੀ ਕਰਜ਼ੇ 'ਚ ਡੁੱਬ ਕੇ ਤਬਾਹ ਹੋ ਰਹੀ ਸੀ, ਉਦੋਂ ਤੁਸੀਂ ਕਿੱਥੇ ਸੀ, ਉਦੋਂ ਤੁਸੀਂ ਕਿਉਂ ਨਹੀਂ ਬੋਲੇ। ਬਸ ਵੀਰ, ਉਹ ਰੌਲਾ ਅੱਜ ਸਿਰਫ ਇਸੇ ਗੱਲ ਦਾ ਕਿ ਇਸ ਤੌਜ ਵਾਲੇ ਮਹਿੰਦਰ ਮਾਸਟਰ ਦੇ ਮੁੰਡੇ ਨੇ ਇਹਨਾਂ ਅਕਾਲੀਆਂ ਤੇ ਕਾਂਗਰਸੀਆਂ ਨੂੰ ਵਕਤ ਪਾਇਆ ਹੋਇਆ, ਹਲੇ ਤਾਂ ਉਸਦਾ ਵਕਤ ਆਇਆ ਵੀ ਨਹੀਂ। ਸੋਚੋ, ਜਦੋਂ ਉਸਦਾ ਸਮਾਂ ਆ ਗਿਆ, ਉਸਦਾ ਵਕਤ ਆ ਗਿਆ, ਤਾਂ ਉਹ ਕੀ ਕਰ ਸਕਦਾ, ਉਹ ਵਕਤ ਨੂੰ ਵੀ ਵਕਤ ਪਾ ਸਕਦਾ। ਸੋ ਵੀਰ, ਅੱਜ ਚੰਦ ਲੈਣਾ ਭਗਵੰਤ ਮਾਨ ਨੂੰ, ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ, ਸਾਰੇ ਵਲੰਟੀਅਰਸ ਨੂੰ ਤੇ NRA ਵੀਰਾਂ ਨੂੰ ਸਮਰਪਿਤ ਬੋਲਣਾ ਚਾਹੁੰਦੀ ਹਾਂ, ਜਿਹੜੀਆਂ ਕਿ ਪ੍ਰੀਤ ਸੰਘਰੇੜੀ ਵੱਲੋਂ ਲਿਖੀਆਂ ਹੋਈਆਂ। ਠੋਕਰ ਨੂੰ ਠੋਕਰ ਮਾਰ ਦੇਣੀ, ਹਾਰਾਂ ਨੂੰ ਕਰਾਰੀ ਹਾਰ ਦੇਣੀ, ਨਾ ਵਾਰੀ ਅਸੀਂ ਸਵਾਰ ਦੇਣੀ ਇਹਨਾਂ ਉੱਚੇ ਤਾਜਾਂ ਤਖਤਾਂ ਨੂੰ, ਬਸ ਵਕਤ ਆਉਣ ਦੀਆਂ ਦੇਰਾਂ ਨੇ, ਪਾ ਵਕਤ ਦਵਾਂਗੇ ਵਕਤਾਂ ਨੂੰ, ਪਾ ਵਕਤ ਦਵਾਂਗੇ ਵਕਤਾਂ ਨੂੰ। ਤੁਸੀਂ ਵੇਖਿਓ ਸਿੰਘ ਜਦ ਭਿੜਦੇ ਨੇ, ਕਿੰਜ ਘੇਰਨ ਵਾਲੇ ਘਿਰਦੇ ਨੇ, ਜਿਹੜੇ ਨਾਗ ਲਿਪਟ ਦੇ ਫਿਰਦੇ ਨੇ ਇਹਨਾਂ ਚੰਦਨ ਦਿਆਂ ਦਰਖਤਾਂ ਨੂੰ, ਬਸ ਵਕਤ ਆਉਣ ਦੀਆਂ ਦੇਰਾਂ ਨੇ, ਪਾ ਵਕਤ ਦਵਾਂਗੇ ਵਕਤਾਂ ਨੂੰ, ਪਾ ਵਕਤ ਦਵਾਂਗੇ ਵਕਤਾਂ ਨੂੰ। ਹਰ ਮੁਸ਼ਕਿਲ ਲਈ ਮੁਸ਼ਕਿਲ ਬਣ ਜਾਂਗੇ, ਪ੍ਰੀਤ ਸੰਘਰੇੜੀ ਸੀਨੇ ਤਾਂਜਾਂਗੇ, ਤੁਸੀਂ ਸੋਚਿਓ ਨਾ ਛਾਂਜਾਂਗੇ, ਜਰਾ ਖੋਲਣ ਦਿਓ ਸਾਡੇ ਰਖਤਾਂ ਨੂੰ, ਬਸ ਵਕਤ ਆਉਣ ਦੀਆਂ ਦੇਰਾਂ ਨੇ, ਅਸੀਂ ਵਕਤ ਪਾ ਦਿਆਂਗੇ ਵਕਤਾਂ ਨੂੰ, ਅਸੀਂ ਵਕਤ ਪਾ ਦਿਆਂਗੇ ਵਕਤਾਂ ਨੂੰ। ਸੋ ਵੀਰੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਯੋ ਯੋ ਪੱਪਾ ਸਰਪੰਚ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।